ਇੱਥੇ ਜਿਹੜਾ ਬਿੱਲੋ ਆ ਅਤੇ ਕਮਰੇ 'ਚ ਜਿਹੜਾ ਬੈਠੀ ਹੋਈ ਆ, ਜਾਂ ਫਿਰ ਜਿਹੜਾ ਅੱਬੇ ਜੀ ਦੇ ਹੁਣ ਜਿਹੜਾ ਲੱਤ ਨੂੰ ਜ਼ਿਆਦਾਤਰ ਜਿਹੜਾ ਦਰਦ ਬਹੁਤ ਜ਼ਿਆਦਾ, ਪਤਾ ਨਹੀਂ ਵਾਹ ਹੋਈ ਖੁਲਤੀ ਕੀ ਆ ਕੀ ਨਹੀਂ, ਅਤੇ ਡਾਕਟਰ ਆਂਦਾ ਨੇ ਉਹਨੂੰ ਹਕੀਕਤ ਕਰ ਦਿੱਤੀ, ਕਿਉਂਕਿ ਨਾ ਤਾਂ ਹੁਣ ਅੱਬੇ ਜੀ ਜਿਹੜਾ ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਮੇਰੇ ਪਿਆਰੇ ਬੈਣ ਭਜਾ, ਮੇਰੇ ਖੁਸ਼ ਰਹੋ, ਆਬਾਦ ਰਹੋ, ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ। ਅਲਹਮਦੁਲਿਲਾਹ ਮੈਂ ਬਿਲਕੁਲ ਠੀਕ ਠਾਕ, ਅਤੇ ਮਿਹਨਤ ਕਰਨੀ ਕਿੰਨੇ ਕਿ ਮੇਰੇ ਬੈਣਾ ਪਸੰਦ ਬਿਲਕੁਲ ਠੀਕ ਠਾਕ, ਖਰੀਅਤ ਤੋਂ ਸਹੀ ਤਾਜ ਦਾ ਵਿਲਾਗ ਸ਼ੁਰੂ ਕਰਨੇ ਆ। ਸਭ ਤੋਂ ਪਹਿਲੇ ਸਾਰੇ ਬੈਣ ਸੁਬਹ ਖੈਰ, ਅੱਲਾ ਪਾਕ ਆਣ ਤੰਦਰੁਸਤੀ ਸਿਹਤ ਦੇਵੇ। ਨਾਸ਼ਤਾ ਨੁਸ਼ਤਾ ਹੀ ਕਰ ਲਿਆ, ਘਰ ਦੇ ਕੰਮ ਥੋੜ੍ਹੇ ਬਹੁਤੇ ਜਿਹੜਾ ਉਹ ਵੀ ਕਰ ਲਿਆ ਗਏ ਨੇ, ਬਰਤਨ ਵਗੈਰਾ ਵੀ ਜਿਹੜਾ ਧੋ ਕੇ ਜਿਹੜਾ ਵਿਹਲੇ ਹੋ ਗਏ, ਜਾਂ ਫਿਰ ਜਿਹੜਾ ਅੱਬੇ ਜੀ ਸੁਬਹਾ ਸੁਬਹਾ ਜਿਹੜਾ ਨਹਿਲਾਇਆ ਦੁਲਾਇਆ ਹੈਗਾ, ਉਹਨੂੰ ਜਿਹੜਾ ਦਵਾਈ ਦਿੱਤੀ ਆ, ਜੂਸ ਬਣਾ ਕੇ ਦਿੱਤਾ ਤੋਂ ਜਿਹੜਾ ਦਵਾਈ ਦਿੱਤੀ ਆ, ਅਤੇ ਡਾਕਟਰ ਲਿਆਉਣ ਜਿਹੜਾ ਕਾਲ ਕਰੂੰ, ਨੰਬਰ ਜਿਹੜਾ ਉਹ ਵਾਲਾ ਜਿਹੜਾ ਨਹੀਂ ਮਿਲ ਰਿਹਾ, ਜਾਂ ਫਿਰ ਇੱਕ ਮੁਸਾਫਿਰ ਹੈਗੇ ਨੇ ਮੇਰੇ ਖਿਆਲ 6 ਲਾਲੇ ਕੋਲ, ਉਹ ਬਾਬਾ ਜੀ ਉਹਨੂੰ ਜਿਹੜਾ ਪਾਣੀ ਪਿਲਾਉਣ ਜਾ ਰਹੇ ਨੇ। ਉਹਨੇ ਕਿਹਾ ਮੇਰਾ ਦਿਲ ਜਿਹੜਾ ਸਮਝ ਲਓ ਜਿਹੜਾ ਗਰਮੀ ਵੀ ਇੰਨੀ ਇੱਕ ਹੈਗੀ ਆ ਬਹੁਤ ਜ਼ਿਆਦਾ, ਅਤੇ ਕਹਿੰਦਾ ਫਿਰ ਮੈਨੂੰ ਜਿਹੜਾ ਕਾਫੀ ਸਾਰੀ ਪਿਆਸ ਲੱਗੀ, ਪਾਣੀ ਜਿਹੜਾ ਪਿਲਾ ਦਿਉ, ਜਾਂ ਫਿਰ ਜਿਹੜਾ ਪਾਣੀ ਪਿਲਾਉਣ ਗਿਆ। ਮੈਂ ਜਿਹੜਾ ਲੰਬਰ ਜਿਹੜਾ ਜਾਂ ਫਿਰ ਲਿਖਿਆ ਰਿਹਾ ਇੱਥੇ ਜਿਹੜਾ ਗੱਲੇ ਦੇ ਵਿੱਚ ਆ, ਪਤਾ ਨਹੀਂ ਜਿਹੜਾ ਕਿੱਥੇ ਦੇ ਤੱਕ ਕੋਈ ਨਹੀਂ। ਜਾਂ ਫਿਰ ਲਿਆਂਦਾ ਅੰਦਰ ਫਿਰ ਲੰਬਰ ਮਿਲਾ ਕੇ ਆ, ਵੇਖ ਇੱਥੇ ਜੇ ਨਾਲ ਦੀਆਂ ਮੌਜਾਂ ਮਾਰ ਰਿਹਾ, ਆਉਂਦਾ ਅੰਦਰ ਫਿਰ ਕਾਲ ਕਰਨੇ ਆ ਡਾਕਟਰ, ਡਾਕਟਰ ਆ ਜਾਂਦਾ ਫਿਰ ਜੇ ਨਾ ਅੱਬੇ ਜੀ ਵਾਸਤੇ ਜੇ ਨਾ ਦਵਾਈ ਲੈਂਦੇ ਆ। ਮੰਮਾ ਸਹਿਨ ਜਿਹੜਾ ਅੱਜ ਛੋਟਾ ਬੱਚਾ ਬਣਿਆ ਬੈਠਾ, ਜਾਂ ਫਿਰ ਜਿਹੜਾ ਟਮਾਟਰਾਂ ਥੱਲੇ ਵਾਲੀ ਸਾਈਡ ਜਿਹੜਾ ਸਪੋਰਟ ਦੇ ਰਿਹਾ ਲੱਕੜਾਂ ਦੀ, ਕਿਉਂਕਿ ਜਿਹੜਾ ਇਸ ਤਰ੍ਹਾਂ ਵੀ ਜਿਹੜਾ ਜ਼ਿਆਦਾ ਅੱਛੇ ਤਰੀਕੇ ਜਿਹੜਾ ਖੜੇ ਲੈਣਗੇ ਟਮਾਟਰਾਂ ਦੇ ਬੂਟੇ। ਮੰਮਾ ਸਹਿਨ ਅਤੇ ਜ਼ੇਬ ਅਲੀ ਅਤੇ ਮੰਮਾ ਦਲੀ ਯਾਦ ਹੈ ਇੱਥੇ ਜਿਹੜਾ ਅਰਸਲਾਨ ਅਲੀ ਖੇਡਦੇ ਪੈਣਾ ਜੀ। ਅੱਛਾ ਅਮਦੀਪ, ਅਤੇ ਇਹਨਾਂ ਨੂੰ ਪਤਾ ਨਹੀਂ ਕੀ ਹੋ ਗਿਆ, ਹੁਣ ਥੋੜ੍ਹੇ ਬਹੁਤੇ ਫੁੱਲ ਜਿਹੜਾ ਚੁੱਕ ਰਹੇ ਨੇ, ਸਾਰੇ ਫੁੱਲ ਜਿਹੜਾ ਥੱਲੇ ਗਰਮੀ ਦੀ ਵਜ੍ਹਾ ਨਾਲ ਕੀ ਹੋਇਆ, ਸਾਰੇ ਜਿਹੜਾ ਡੇਗ ਪਏ ਨੇ। ਆਮੇ ਰਜ਼ਾ ਔਰ ਕਾਫੀ ਸਾਰੀਆਂ ਖੇਲਾਂ ਵਗੈਰਾ ਜਿਹੜਾ ਲੈ ਕੇ ਆ ਗਏ ਨੇ ਇੱਥੇ, ਜਿਹੜਾ ਸਾਰੇ ਬੱਚੇ ਜਿਹੜਾ ਖੇਲ ਰਹੇ ਨੇ, ਮੰਮਾ ਦਲੀ ਲੈ ਕੇ ਆ ਗਿਆ, ਉਸ ਸਾਈਡ 'ਤੇ ਜਿਹੜਾ ਪਈਆਂ ਨੇ, ਇੱਥੇ ਗੱਡੀਆਂ ਟਰੱਕ ਹੈ ਜੋ ਵੀ, ਇੱਥੇ ਕਾਫੀ ਸਾਰੀਆਂ ਜਿਹੜੀਆਂ ਪਈਆਂ। ਅੱਜ ਮੰਮਾ ਸਹਿਨ ਅਤੇ ਆਮੇ ਰਜ਼ਾ ਵੀ ਬੱਚੇ ਬਣੇ ਬੈਠੇ ਨੇ ਇੱਥੇ, ਜਿਹੜਾ ਮੱਝਾਂ ਗਾਵਾਂ ਜਿਹੜਾ ਚਰਾਈ ਕਰ ਰਹੀਆਂ ਨੇ। ਵਾਕਈ ਕਿੰਨੇ ਪਿਆਰੇ ਲੱਗ ਰਹੇ, ਨਾਲ ਉਹਨਾਂ ਦੇ ਜਿਹਨਾਂ ਵਿੱਚ ਉਹਨਾਂ ਨੇ ਪਾਰਕ ਬਣਾ ਦਿੱਤਾ ਹੈਗਾ, ਘਾਸ ਥੱਲੇ ਦੇਣਾ ਪਾ ਕੇ, ਹੋਰ ਵੀ ਘਾਸ ਲਿਆਣਾ ਇੱਥੇ। ਅੱਛਾ ਇਹ ਸਾਈਡ ਵਾਲੇ ਅਸਲ ਦੀਆਂ ਮੱਝਾਂ ਗਾਵਾਂ ਜਿਹੜੀਆਂ ਖੜੀਆਂ ਹੋਈਆਂ ਨੇ, ਆਲੀ ਮੰਮਾ ਦਲੀ ਜਿਹੜੀ ਵੱਡੀ ਗੱਡੀ ਹੈਗੀ। ਅੱਛਾ ਲਾ ਮੰਮਾ ਦਲੀ ਜਿਹੜੀ, ਹਾਂ ਮੰਮਾ ਦਲੀ ਜਿਹੜੀ
ਸਾਹਮਣੇ ਸੁਬਹਾ ਸੁਬਹਾ ਬਿਜਲੀ ਚੱਲੀ ਹੋਈ ਆ ਤਾਂ ਬੱਚੇ ਜਿਹੜੇ ਨਾ ਉੱਤੇ ਨਾ ਰਹੇ ਨੇ, ਕਿਉਂਕਿ ਸੁਬਹਾ ਅੱਜ ਤਾਂ ਬਲਕਿ ਜਿਹੜੇ ਨਾ ਕੱਲ੍ਹ ਤੋਂ ਕਾਫੀ ਸਾਰੀ ਮੈਨੂੰ ਘੱਟ ਲੱਗ ਰਹੀ ਆ ਗਰਮੀ, ਕਿਉਂਕਿ ਜਿਹੜੇ ਨਾ ਹਵਾ ਜਿਹੜੇ ਨਾ ਚੱਲੀ ਹੋਈ ਹੋਵੇ ਨਾ, ਭਾਵੇਂ ਧੁੱਪ ਵੀ ਹੋਵੇ, ਫਿਰ ਜਿਹੜੇ ਨਾ ਇੰਨੀ ਗਰਮੀ ਮਹਿਸੂਸ ਜਿਹੜੇ ਨਾ ਬਿਲਕੁਲ ਨਹੀਂ ਹੁੰਦੀ। ਸਾਹਮਣੇ ਛੇਲ ਦਾ ਰੇੜਾ ਜਿਹੜੇ ਨਾ ਬਾਈ ਹੋਰੀ ਲੈ ਕੇ ਜਿਹੜੇ ਨਾ ਪਹੁੰਚਿਆ ਨੇ, ਸੁਬਹਾ ਸੁਬਹਾ ਯਾਦ ਆ ਜਿਹੜੇ ਨਾ ਵਿਹਲੇ ਹੋ ਗਏ ਨੇ ਅਤੇ ਚੱਲਦੇ ਹਾਂ ਚੱਲ ਕੇ ਹੁਣ ਜਿਹੜੇ ਨਾ ਨਾਲੇ ਜਿਹੜੇ ਨਾ ਦੱਸ ਦੇਵਾਂ ਜਾਂ ਫਿਰ ਨਿਕਾਲ ਜਿਹੜੇ ਨਾ ਡਾਕਟਰ ਨੇ ਕਰ ਦਿੱਤੀ ਆ ਥੋੜ੍ਹੀ ਦੇਰ ਨੂੰ ਜਿਹੜੇ ਨਾ ਡਾਕਟਰ ਆ ਜਾਂਦਾ ਅਤੇ ਭਾਈ ਹੋਰੀ ਜਿਹੜੇ ਨਾ ਤੇਲ ਲੈ ਕੇ ਜਾ ਰਹੇ ਨੇ। ਅੱਛਾ ਉਹ ਸਾਹਮਣੇ ਪਰਲੀ ਸਾਈਡ 'ਤੇ ਜਿਹੜੇ ਨਾ ਮੋਟਰਸਾਈਕਲ ਖੜ੍ਹਾ, ਕਿਉਂਕਿ ਜਿਹੜੇ ਨਾ ਬੋਤਲ ਮਿਣੀ ਹੋਈ ਹੈਗੀ ਆ ਪੂਰੀ ਅੱਧੇ ਲੀਟਰ ਦੀ ਤਾਂ ਪਰ ਜਾਂ ਫਿਰ ਜਿਹੜੇ ਨਾ ਬੋਤਲ ਲੈਣ ਜਾ ਰਿਹਾ। ਅਤੇ ਸੁਬਹਾ ਸੁਬਹਾ ਇੱਕ ਹੋਰ ਗੱਲ ਦੱਸ ਦੇਵਾਂ, ਮੈਂ ਟੋਟਲੀ ਸਾਰਾ ਝਾੜੂ ਵਗੈਰਾ ਲਾਇਆ, ਬਿੱਲੋ ਦੀ ਅੰਮੀ ਨੇ ਸਾਰਾ ਝਾੜੂ ਵਗੈਰਾ ਲਾਇਆ, ਪਾਣੀ ਜਿਹੜੇ ਨਾ ਉਹਨੇ ਛਿੜਕ ਦਿੱਤਾ, ਮੈਂ ਵੀ ਤਾਂ ਬਿਲਕੁਲ ਹੁਣ ਸਾਫ਼ ਸੁਥਰੀ ਜਿਹੜੇ ਨਾ ਜਗ੍ਹਾ ਤਾਂ, ਪਰ ਬੱਚੇ ਜਿਹੜੇ ਨਾ ਖੇਲ ਰਹੇ ਨੇ ਤਾਂ ਫਿਰ ਜਿਹੜੇ ਨਾ ਦੇ ਲਵਾਂਗੀ ਝਾੜੂ, ਕਿਉਂਕਿ ਇਸ ਸਾਈਡ 'ਤੇ ਇਹਨਾਂ ਨੇ ਹੁਣ ਸਾਰਾ ਟੋਟਲੀ ਜਿਹੜੇ ਨਾ ਘਾਸ ਵਗੈਰਾ ਅਤੇ ਗੰਦ ਜਿਹੜੇ ਨਾ ਪਾਇਆ, ਅੱਗੇ ਬਿਲਕੁਲ ਸਾਫ਼ ਸੁਥਰੀ ਜਗ੍ਹਾ ਹੈਗੀ ਸੀ। ਹਾਂਜੀ ਅੱਛਾ ਅੱਜ ਤੁਹਾਡੇ ਹੀ ਦਿਖਾਈ ਰੱਖੀਏ। ਅੱਛਾ ਵਾਕਈ ਜਿਹੜੇ ਨਾ ਕਾਫੀ ਸਾਰੇ ਹੋ ਗਏ ਨੇ। ਹਾਂ ਬੇ ਰੋ ਲੈਂਦੇ ਨੇ। ਚਲੋ ਠੀਕ ਹੋ ਗਿਆ, ਲੈ ਹੁਣ ਦਿਖਾ ਦਿੱਤੇ ਨੇ। ਇੱਥੋਂ ਜਿਹੜੇ ਨਾ ਪੱਠਿਆਂ ਨਾਲ ਸਿੱਟੇ ਤੋੜ ਕੇ ਜਿਹੜੇ ਨਾ ਸਾਹਮਣੇ ਬਖਤਾਂ ਨੂੰ ਪਾਏ ਨੇ, ਖਾ ਰਹੀਆਂ ਨੇ ਬੜਾ ਸ਼ੌਂਕ ਨਾਲ। ਜਵਾਰ ਤਾਂ ਹੈਗੇ ਨੇ, ਮੈਂ ਚੱਲ ਜਿਹੜੇ ਨਾ ਖੁਸ਼ ਹੋ ਜਾਣਗੀਆਂ ਜਾਂ ਫਿਰ ਬੋਤਲ ਲੈ ਕੇ ਜਿਹੜੇ ਨਾ ਵਾਪਸ ਆ ਰਿਹਾ। ਅਸੀਂ ਅੱਜ ਜਿਹੜੇ ਨਾ ਭਿੰਡੀ ਬਣਾਵਾਂਗੇ, ਕਿਉਂਕਿ ਭਿੰਡੀ ਜਿਹੜੇ ਨਾ ਪਈ ਆ ਉਹ ਵਾਲੀ ਜਿਹੜੇ ਨਾ ਬਣਾਵਾਂਗੇ, ਅਤੇ ਬਿੱਲੋ ਦੀ ਅੰਮੀ ਜਿਹੜੇ ਨਾ ਅੱਜ ਬਣਾ ਰਹੀ ਆ ਕਰੇਲੇ, ਸਿਰਫ ਇਕੱਲੇ ਕਰੇਲੇ ਮੇਰੇ ਖਿਆਲ ਜਿਹੜੇ ਨਾ ਬਣਾ ਰਹੀ, ਕਰੇਲੇ ਇੱਥੇ ਜਿਹੜੇ ਨਾ ਕੱਟੇ ਜਾ ਰਹੇ ਨੇ ਮਾਸ਼ਾਅੱਲਾ, ਕਾਫੀ ਪਿਆਰੇ ਕਰੇਲੇ ਹੈਗੇ। ਇੱਥੇ ਜਿਹੜੇ ਨਾ ਬਿੱਲੋ ਆ ਦੇ ਕਮਰੇ 'ਚ ਜਿਹੜੇ ਨਾ ਬੈਠੀ ਹੋਈ ਆ ਜਾਂ ਫਿਰ ਜਿਹੜੇ ਨਾ ਅੱਬੇ ਜੀ ਕੋ, ਅੱਬੇ ਜੀ ਦੇ ਹੁਣ ਜਿਹੜੇ ਨਾ ਲੱਤ ਨੂੰ ਜ਼ਿਆਦਾਤਰ ਜਿਹੜੇ ਨਾ ਦਰਦ ਬਹੁਤ ਜ਼ਿਆਦਾ, ਪਤਾ ਨਹੀਂ ਵਾਹ ਹੋਈ ਖੁਲਤੀ ਕੀ ਆ ਕੀ ਨਹੀਂ, ਅਤੇ ਡਾਕਟਰ ਆਂਦਾ ਨੇ ਉਹਨੂੰ ਹਕੀਕਤ ਕਰ ਦਿੱਤੀ, ਕਿਉਂਕਿ ਨਾ ਤਾਂ ਹੁਣ ਅੱਬੇ ਜੀ ਜਿਹੜੇ ਨਾ ਚੱਲਿਆ ਜਾਂਦਾ ਹੱਥ ਵੀ ਨਹੀਂ ਲਾਉਣ ਦਿੰਦਾ, ਹਾਹ ਲਿਆਲ ਜਿਹੜੇ ਨਾ ਪਾ ਦਿੰਦਾ ਹੈਗਾ, ਕਿਉਂਕਿ ਦਰਦ ਜਿਹੜੇ ਨਾ ਕਾਫੀ ਸਾਰੀ ਸੁਪਰਲੀ ਜਿਹੜੇ ਨਾ ਉਹ ਜਾਂ ਫਿਰ ਮੁੱਠੀ ਬਾਹਰ ਰਿਹਾ ਨਾ, ਉਸ ਨੂੰ ਸੁਬਹਾ ਨਵਾਇਆ, ਗੋਲੀਆਂ ਜਿਹੜੇ ਨਾ ਦਿੱਤੀਆਂ ਹੈਗੀਆਂ ਨੇ ਆਲੀ ਸੁਬਹਾ ਆਲੀ ਗੋਲੀ ਜਿਹੜੇ ਨਾ ਦਿੱਤੀ ਹੈਗੀ ਆ, ਦਿਨ ਥੋੜ੍ਹਾ ਬਹੁਤਾ ਜਿਹੜੇ ਨਾ ਆਰਾਮ ਇਸ ਹੱਥ ਨਹੀਂ ਲਾਉਣ ਦਿੰਦਾ ਦਰਦ ਜਿਹੜੇ ਨਾ ਕਾਫੀ ਸਾਰੀ ਆ ਅੱਬੇ ਜੀ ਨੂੰ, ਇਹਨੂੰ ਕੋਈ ਨਹੀਂ ਪਹਿਲੇ ਨਹੀਂ ਆਉਂਦਾ, ਇੱਕ ਸਾਈਡ ਵਾਲੀ ਲੱਤ ਨੂੰ ਜ਼ਿਆਦਾਤਰ ਦਰਦ ਆ, ਬਾਕੀ ਸਮੇਂ ਨੂੰ ਥੋੜ੍ਹਾ ਬਹੁਤਾ ਬੁਖਾਰ ਹੈਗਾ, ਲੇਕਿਨ ਜਿਹੜੇ ਨਾ ਦਰਦ ਜਿਹੜੇ ਨਾ ਉਹਦੀ ਵਜ੍ਹਾ ਨਾਲ ਜ਼ਿਆਦਾ ਬੱਜ ਜਿਹੜੇ ਨਾ ਕਮਜ਼ੋਰ ਹੋਏ ਖੜੋਤੇ ਨੇ। ਸ਼ਮਾਨ ਅਲੀ ਕਰੇਲੇ ਪਕਾਉਣ ਜਾਂਦਾ, ਹਟਿਆ ਪਿਛਾ ਤੂੰ ਜੇ ਇਸ਼ਾ 'ਚ ਹਿੱਸਾ ਲੈਂਦਾ, ਕੀ ਕਰਦੀ ਪਈ? ਅੱਛਾ ਹੋਰ ਆ ਜਾ ਇਹਦੇ ਬਾਅਦ ਉੱਥੇ ਛਾਂ 'ਤੇ।
ਇੱਥੇ ਖੇਡ, ਇੱਥੇ ਖੇਡਿਆ ਕਰ, ਇੱਥੇ ਤੂੰ ਜਾਂਦਾ ਵਿੱਚ ਪਕਾਵਣ ਜੇ ਇੱਛਾ ਵੀ ਮਾਂ ਪਕਾਵੇ ਅੰਮੀ ਹਲ ਜਾਊ ਸੋਚੀ ਕਿ ਅਸੀਂ ਪਿਆ ਪਿਆ ਬਾਬਾ ਜਿਹੜੇ ਨੇ ਅੱਜ ਫਿਰ ਜਿਹੜਾ ਲਿਆ ਹੀ ਬੰਦੇ ਨੇ ਚੁੱਲ੍ਹੇ ਅਤੇ ਗੜੇ ਜਿਹੜਾ ਬਾਜੀ ਹੋਰਾਂ ਨੇ ਸੁਨੇਹਾ ਭੇਜਿਆ ਕਿਉਂਕਿ ਉਹਨਾਂ ਨੇ ਕਿਹਾ ਅਸੀਂ ਜਿਹੜਾ ਗੜਾ ਨਵਾਂ ਜਿਹੜਾ ਲੈਣਾ ਦੂਸਰੇ ਥੜੀਆਂ ਵਾਲੇ ਕੋਈ ਨਹੀਂ ਜ਼ਿਆਦਾ ਮਹਿੰਗੇ ਵੀ ਨਹੀਂ ਹੈਗੇ ਨੇ ਚੁੱਲ੍ਹੇ ਬਾਬਾ ਜੀ ਕਹਿ ਰਿਹਾ 100 ਰੁਪਏ ਦਾ ਚੁੱਲ੍ਹਾ ਹੈਗਾ ਕਿਉਂਕਿ ਥੜੀ ਵਾਲਾ ਨਹੀਂ ਹੈਗਾ ਉਂਝ ਹੈਗਾ ਅਤੇ 150 ਦਾ ਗੜਾ 150 ਜਿਹੜਾ ਗੜਾ ਵੱਡੇ ਛੋਟੇ ਗੜੇ ਹੈਗੇ ਨੇ ਕਾਫੀ ਜਿਹੜਾ ਪਿਆਰੇ ਇਸ ਸਾਈਡ ਵਾਲੇ ਚੁੱਲ੍ਹੇ ਜਿਹੜੇ ਰੱਖੇ ਪਿਆਰੇ ਬਾਬਾ ਜਿਹੜਾ ਲੈ ਕੇ ਜਾ ਰਹੇ ਨੇ ਕਿਉਂਕਿ ਬਾਜੀ ਹੋਰਾਂ ਪਸੰਦ ਜਿਹੜਾ ਨਹੀਂ ਆਇਆ ਉਹ ਕਹਿੰਦੇ ਨੇ ਜਿਹੜਾ ਅਸੀਂ ਹੋਰ ਤਰ੍ਹਾਂ ਦਾ ਜਿਹੜਾ ਲੈਣਾ ਬਿੱਲੋ ਦੀ ਅੰਮੀ ਨੇ ਜਿਹੜਾ ਕਰੇਲੇ ਵਿੱਚ ਪਾ ਦਿੱਤੇ ਹੈਗੇ ਨੇ ਘੀ ਗਰਮ ਹੋ ਗਿਆ ਕਰੇਲੇ ਹੁਣ ਅੱਛੇ ਤਰੀਕੇ ਜਿਹੜਾ ਬੋਝ ਜਾਣਗੇ ਉਸ ਤੋਂ ਬਾਅਦ ਫਿਰ ਜਿਹੜਾ ਪਿਆਜ਼ ਵਗੈਰਾ ਸਾਰਾ ਮਸਾਲਾ ਵਗੈਰਾ ਜਿਹੜਾ ਪਾ ਦੇ ਸਾਹਮਣੇ ਜਿਹੜਾ ਪਾਈ ਉਹਦੀ ਪੈਟਰੋਲ ਲੈ ਲਾਉਣੀ ਆ ਉਹ ਪਰਲੀ ਸਾਈਡ 'ਤੇ ਜਿਹੜਾ ਖੜ੍ਹੇ ਹੋਏ ਨੇ ਇੱਕ ਤਾਂ ਲੱਕੜ ਜਿਹੜਾ ਲੰਘਣਾ ਕਾਫੀ ਮੁਸ਼ਕਿਲ ਹੁੰਦਾ ਬਿਲਕੁਲ ਛੋਟਾ ਜਿਹਾ ਲੱਕੜ ਹੈਗਾ ਮੋਟਰਸਾਈਕਲ ਪਰਲੀ ਸਾਈਡ 'ਤੇ ਰੱਖ ਕੇ ਤੂੰ ਉਹਦੀ ਸਾਈਡ 'ਤੇ ਜਿਹੜਾ ਤੇਲ ਲੈਣ ਆ ਰਹੇ ਜਾਂ ਫਿਰ ਜਿਹੜਾ ਤੇਲ ਦੇ ਰਹੇ ਅਸੀਂ ਜਿਹੜਾ ਸੁਬਹਾ ਸੁਬਹਾ ਨਾਸ਼ਤਾ ਬਣਾਇਆ ਕਿਉਂਕਿ ਜਿਹੜਾ ਨਾਲ ਅੰਡਾ ਉਵੇਂ ਜਿਹੜਾ ਤਲੇ ਤਵੇ 'ਤੇ ਜਿਹੜਾ ਫਰਾਈ ਕੀਤਾ ਹੈਗਾ ਅਸੀਂ ਅਤੇ 2-3 ਰੋਟੀਆਂ ਬਣਾਈਆਂ ਨਾਲ ਜਿਹੜਾ ਚਾਹ ਬਣਾਈ ਆ ਇੱਥੇ ਹੁਣ ਥੋੜ੍ਹੀ ਦੇਰ ਬਾਅਦ ਜਿਹੜਾ ਰੋਟੀਆਂ ਬਣਾਵਾਂਗੇ ਅਤੇ ਨਾਲ ਜਿਹੜਾ ਸਾਲਣ ਭਿੰਡੀ ਪਕਾਵਾਂਗੇ ਕਿਉਂਕਿ ਪਹਿਲਾਂ ਹੀ ਦੱਸ ਦਿੱਤਾ ਹੈਗਾ ਅੱਗੇ ਦੱਸਿਆ ਹੈਗਾ ਭਿੰਡੀ ਜਿਹੜਾ ਪਈ ਆ ਉਹ ਵਾਲੀ ਜਿਹੜਾ ਅੱਜ ਇਨਸ਼ਾਅੱਲਾ ਜਿਹੜਾ ਬਣਾਵਾਂਗੇ ਜਾਂ ਫਿਰ ਜਿਹੜਾ ਵਾਈਨ ਤੇਲ ਦਿੱਤਾ ਇਸ ਤੋਂ ਸਾਹਮਣੇ ਜਿਹੜਾ ਪੈਸੇ ਲੈਣ ਜਿਹੜਾ ਗਿਆ ਖਲੋਤਾ ਪੈਸੇ ਲੈ ਕੇ ਵਾਪਸ ਜਿਹੜਾ ਰਾਹ ਜਾਂਦਾ ਮੈਂ ਜਿਹੜਾ ਮੰਮਾ ਸੈਨੋਜ ਬਲਕਿ ਜਿਹੜਾ ਬੈਠੇ ਹੈਗੇ ਨੇ ਦੁਕਾਨ 'ਤੇ ਪਿਆਜ਼ ਟਮਾਟਰ ਜਿਹੜਾ ਬਿੱਲੋ ਦੀ ਅੰਮੀ ਨੇ ਕੱਟ ਕੇ ਜਿਹੜਾ ਰੱਖ ਦਿੱਤੇ ਹੈਗੇ ਨੇ ਅੱਗ ਜਿਹੜਾ ਬਿਲਕੁਲ ਹਲਕੀ ਹਲਕੀ ਜਿਹੀ ਦਿਨ ਬਲ ਰਹੀ ਥੋੜ੍ਹੇ ਬਹੁਤੇ ਜਿਹੜਾ ਕਰੇਲਿਆਂ ਨੇ ਜਿਹੜਾ ਰੰਗ ਤਬਦੀਲ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਹੈਗਾ ਬਾਈ ਔਰ ਅੱਜ ਜਿਹੜਾ ਦੁਬਾਰਾ ਫਿਰ ਜਿਹੜਾ ਛੱਪੜ ਜਿਹੜਾ ਮੁਕੰਮਲ ਕਰ ਰਹੇ ਨੇ ਅੱਛੇ ਤਰੀਕੇ ਜਿਹੜਾ ਰਿਪੇਅਰ ਕਿਉਂਕਿ ਜਿਹੜਾ ਹਵਾ ਚੱਲਦੀ ਆ ਨਾ ਫਿਰ ਜਿਹੜਾ ਡਿੱਗ ਪੈਂਦਾ ਬਿਸਤਰੇ ਹਜੇ ਥੋੜ੍ਹੀ ਸਿਲਾਈ ਕਰਨ ਵਾਲੇ ਪਏ ਨੇ ਸਰਾਣਿਆਂ ਦੇ ਕਵਰ ਜਿਹੜਾ ਉਹ ਉਤਲੇ ਸਿਲਾਈ ਕਰਨ ਵਾਲੇ ਹੈਗੇ ਨੇ ਕਾਫੀ ਸਾਰਾ ਕੰਮ ਹੈਗਾ ਵੇਖਦੇ ਹਾਂ ਜੇਕਰ ਜਿਹੜਾ ਮੈਂ ਇਹਦੇ ਦਿਲ ਲੈ ਗਿਆ ਵੀ ਹੁਣ ਜਿਹੜਾ ਥੋੜ੍ਹੀ ਦੇਰ ਮਸ਼ੀਨ 'ਤੇ ਬਹਿ ਜਾਂਦੀ ਹਾਂ ਕੋਈ ਜਿਹੜਾ ਸਰਾਣਿਆਂ ਦੇ ਕਵਰ ਵਗੈਰਾ ਜਿਹੜਾ ਉਹ ਵਾਲੇ ਸਿਲਾਈ ਕਰ ਲੈਣ ਚਲੋ 1-2 ਹੀ ਹੋ ਗਏ ਨੇ ਉਹ ਵਾਲੇ ਬਿਲਕੁਲ ਸਾਦੇ ਜੇ ਕਰਨੇ ਹੈਗੇ ਨੇ ਉਹ ਜਿਹੜਾ ਘਰੇ ਹੀ ਕਰ ਲੈਂਦੀ ਹਾਂ
ਅਤੇ ਦੂਸਰਾ ਰਜ਼ਾਈਆਂ ਜਿਹੜਾ ਉਹ ਹੀ ਕੋਈ ਇੱਕ ਅੱਧੀ ਜਿਹੜਾ ਵੇਖਦੇ ਹਾਂ, ਕੋਸ਼ਿਸ਼ ਕਰਨੀ ਆ ਸਿਲਾਈ ਜਿਹੜਾ ਉਹ ਵੀ ਠੀਕ ਆ, ਨਹੀਂ ਤਾਂ ਰੋਟੀ ਛਾਲਣ ਕਰਕੇ ਤਾਂ ਉਸ ਤੋਂ ਬਾਅਦ ਜਿਹੜਾ ਰਜ਼ਾਈਆਂ ਜਿਹੜਾ ਉਹ ਵਾਲੇ ਆ ਸਿਲਾਈ ਵਗੈਰਾ ਜਿਹੜਾ ਨਾਲ ਦੇ ਨਾਲ ਕਰਦੀ ਰਹਾਂਗੀ। ਇੱਥੇ ਜਿਹੜਾ ਅੰਦਰ ਹੀ ਬਰਾਂਡੇ ਦੇ ਅੰਦਰ ਜਿਹੜਾ ਬਹਿ ਜਾਵਾਂਗੀ, ਬਿਲਕੁਲ ਸਾਫ਼ ਸੁਥਰੀ ਜਗ੍ਹਾ ਥੱਲੇ ਜਿਹੜਾ ਚਟਾਈ ਵੀ ਛਾਰ ਲਵਾਂਗੀ, ਅਤੇ ਉੱਤੇ ਜਿਹੜਾ ਡਿਜ਼ਾਈਨ ਪਾ ਕੇ ਇੱਥੇ ਜਿਹੜਾ ਆਰਾਮ ਸਕੂਨ ਨਾਲ ਜਿਹੜਾ ਪੱਖੇ ਥੱਲੇ ਜਿਹੜਾ ਸਿਲਾਈ ਕਰਦੀ ਰਹਾਂਗੀ। ਅਗਰ ਜਿਹੜਾ ਮੁੱਲ 'ਤੇ ਕਰਾਵਾਂ ਫਿਰ ਜਿਹੜਾ ਕਾਫ਼ੀ ਸਾਰੇ ਸਮੁੱਲ ਜਿਹੜਾ ਉਹਨਾਂ ਨੂੰ ਪੈਸੇ 300-400 ਰੁਪਈਆ ਜਿਹੜਾ ਸਮੁੱਲ ਲੱਗਦਾ ਤਾਂ, ਪਰ ਮੈਂ ਸੋਚ ਰਹੀ ਹਾਂ ਵੀ ਆਪ ਹੀ ਜਿਹੜਾ ਇੱਕ ਇੱਕ ਕਰਕੇ ਜਿਹੜਾ ਸਿਲਾਈ ਕੀਤੀ ਰੱਖਾਂਗੀ ਉਹ ਜਿਹੜਾ ਸਹੀ ਰਹੇਗਾ। ਇੱਕ ਤਾਂ ਨਾਲ ਦੇ ਨਾਲ ਚੱਲ ਦੁਪਹਿਰ ਟਾਈਮ ਬੰਦੇ ਦਾ ਟਾਈਮ ਜਿਹੜਾ ਬਿਲਕੁਲ ਫਰੀ ਹੁੰਦਾ, ਉਸ ਟਾਈਮ ਜਿਹੜਾ ਰਜ਼ਾਈਆਂ ਜਿਹੜਾ ਉਹ ਵਾਲੀਆਂ ਸਿਲਾਈ ਬਿਸਤਰੇ ਜਿਹੜਾ ਸਿਲਾਈ ਕਰ ਲਏ, ਅਤੇ ਉਸ ਤੋਂ ਬਾਅਦ ਜਿਹੜਾ ਆਂਡੀ ਰੋਟੀ ਕਰ ਲਈ ਬਸ, ਜਿਵੇਂ ਹੀ ਇਹਦਾ ਸਿਰ ਜਿਹੜਾ ਗਾਰ ਦਾ ਸਰਕਸ ਜਿਹੜਾ ਚਲਾਉਣਾ ਹੈਗਾ ਆਸਤਾ ਆਸਤਾ। ਅਤੇ ਇੱਕ ਗੱਲ ਹੋਰ ਦੱਸ ਦੇਵਾਂ, ਬਹੁਤ ਜ਼ਿਆਦਾ ਜਿਹੜਾ ਪਰੇਸ਼ਾਨੀ ਵਾਲੀ ਗੱਲ ਹੈਗੀ ਆ ਵੀ ਜਿਹੜਾ ਬਿੱਲ ਕਾਫ਼ੀ ਸਾਰਾ ਆਇਆ ਪਿਆ, ਕਿਉਂਕਿ ਅਜੇ ਥੋੜ੍ਹੀ ਬਿੱਲ ਆਏ ਨਹੀਂ ਨੇ, ਕਿਉਂਕਿ ਇੱਥੇ ਜਿਹੜਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਨਾ ਬਿਜਲੀ ਵਾਲਾ ਉਹਦੇ ਮੋਬਾਈਲ ਦੇ ਵਿੱਚ ਸਾਡਾ ਜਿਹੜਾ ਬਿੱਲ ਆ ਜਾਂਦਾ, ਤਾਂ ਉਹਨੇ ਦੱਸਿਆ ਹੈਗਾ ਬਿੱਲ ਤੁਹਾਨੂੰ ਜਿਹੜਾ 28,000 ਆਇਆ ਪਿਆ। ਹੁਣ ਜਦੋਂ ਬਿੱਲ ਆਇਆ ਉਸ ਵਕਤ ਆ ਦੇ ਬਹਿਣ ਬਾਈ ਦਿਖਾਵਾਂਗੇ, ਕਿਉਂਕਿ ਹੁਣ ਅਸੀਂ ਜਿਹੜਾ ਆਖੀ ਜਾਈਏ ਫਿਰ ਜਿਹੜਾ ਬੰਦਾ ਅੱਛਾ ਹੀ ਨਹੀਂ ਲੱਗਦਾ। ਜਦੋਂ ਹੁਣ ਬਿੱਲ ਆਇਆ ਉਸ ਤੋਂ ਬਾਅਦ ਪਤਾ ਚੱਲੇਗਾ ਵਾਕਿਆ ਹੀ ਇੰਨਾ ਆਇਆ ਕਿ ਉਹਨੇ ਜਿਹੜਾ ਉਵੇਂ ਸਾਡੇ ਨਾਲ ਮਜ਼ਾਕ ਵਗੈਰਾ ਕੀਤਾ, ਕੀ ਹੋਇਆ ਕੀ ਨਹੀਂ ਹੋਇਆ। ਮੈਨੂੰ ਇਹ ਵੀ ਪਰੇਸ਼ਾਨੀ ਉਦੋਂ ਅੱਬੇ ਜੀ ਦੀ ਪਰੇਸ਼ਾਨੀ ਬਣੀ ਖੁਸ਼ੀ ਆ, ਬਾਕੀ ਅੱਲਾ ਸੋਹਣਾ ਜਿਹੜਾ ਖੈਰ ਕਰੇ ਸਾਰੇ ਬਹਿਣ ਵੀ ਦੁਆ ਕਰੋ ਅੱਲਾ ਪਾਕ ਜਿਹੜਾ ਅੱਬੇ ਨੂੰ ਜਲਦੀ ਜਿਹੜਾ ਤੰਦਰੁਸਤ, ਜ਼ਿਆਦਾਤਰ ਅੱਬੇ ਜੀ ਜਿਹੜਾ ਟੰਗ ਨੂੰ ਜ਼ਿਆਦਾਤਰ ਜਿਹੜਾ ਲੱਤ ਨੂੰ ਮਸਲਾ ਆਏਗਾ ਉਹਨ ਦੀ ਵਜ੍ਹਾ ਨਾਲ ਅੱਲਾ ਜਾਣੇ ਜਿਹੜਾ ਨਾ ਕੋਈ ਖਿੱਚ ਵਗੈਰਾ ਪਈ ਖੜੋਤੀ ਆ ਜਾਂ ਕੋਈ ਉਹਨ ਜਿਹੜਾ ਵਾਹ ਵਗੈਰਾ ਹੋ ਗਈ ਆ, ਕੀ ਹੋਇਆ ਕੀ ਨਹੀਂ। ਇੱਥੋਂ ਡਾਕਟਰ ਜਿਹੜਾ ਆ ਰਹੇ ਨੇ ਹੁਣ ਉਹਦੇ ਦੁਬਾਰਾ ਫਿਰ ਕਾਲ ਕੀਤੀ, ਉਹ ਕਹਿ ਰਿਹਾ ਮੈਂ ਰਸਤੇ 'ਚ ਹੀ ਆ ਜਾਂਦਾ ਅਤੇ ਆਲਾ ਇਲਾਜ ਕਰਨੇ ਇੱਥੇ ਖਤਮ ਆਦੇ ਪਿੰਡ ਵਿੱਚ ਲੈਂਦੇ ਇਜਾਜ਼ਤ। ਢੇਰ ਸਾਰੀਆਂ ਦੁਆਵਾਂ 'ਚ ਆਪਣਾ ਖਿਆਲ ਰੱਖਿਆ, ਖਾਸ ਟਾਈਮ ਯਾਦ ਰੱਖਣਾ, ਅੱਲਾ ਹਾਫਿਜ਼ ਲੰਗੇ ਬਾਨ।